ਹਾਂਜੀ ਦੋਸਤੋ, ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਸਾਰੇ ਹੀ ਅਖਾੜਿਆਂ ਵਾਲੇ ਸਿੰਗਰ ਵਿਦੇਸ਼ਾਂ ਵਿੱਚ ਜਾ ਕੇ ਆਪਣੇ ਸ਼ੋਅ ਲਗਾ ਰਹੇ ਨੇ, ਕਿਉਂਕਿ ਉੱਥੇ ਉਹਨਾਂ ਨੂੰ ਮੋਟੀ ਕਮਾਈ ਹੁੰਦੀ ਹੈ। ਜਿਸ ਹਿਸਾਬ ਨਾਲ ਪੰਜਾਬੀ ਵਿਦੇਸ਼ਾਂ ਨੂੰ ਭੱਜ ਰਹੇ ਨੇ, ਆਉਣ ਵਾਲੇ ਟਾਈਮ ਵਿੱਚ ਪੰਜਾਬ ਵਿੱਚ ਅਖਾੜੇ ਵੀ ਭਈਏ ਹੀ ਲਗਾਇਆ ਕਰਨਗੇ। ਕੁਝ ਇਲਾਕਿਆਂ ਵਿੱਚ ਤਾਂ ਇਹ ਕੰਮ ਸ਼ੁਰੂ ਵੀ ਹੋ ਚੁੱਕਿਆ ਹੈ, ਭਈਏ ਹੀ ਅਖਾੜੇ ਲਗਾ ਰਹੇ ਨੇ। ਯਕੀਨ ਨਹੀਂ ਹੁੰਦਾ ਤਾਂ ਤੁਸੀਂ ਇਹ ਵੀਡੀਓ ਕਲਿੱਪ ਦੇਖ ਸਕਦੇ ਹੋ, ਅਤੇ ਵੀਡੀਓ ਦੇ ਅੰਤ ਵਿੱਚ ਆਪਣੇ ਵਿਚਾਰ ਵੀ ਜਿਹੜੇ ਉਹ ਜ਼ਰੂਰ ਸਾਂਝੇ ਕਰਿਓ। ਤੇ ਹੁਣ ਇਸ ਲਈ ਗਾਇਕ ਵੀਰਾਂ ਨੂੰ ਬੇਨਤੀ ਹੈ ਕਿ ਪੰਜਾਬ ਤੋਂ ਤੁਸੀਂ ਸਟੈਂਡ ਲਿਆ ਅਤੇ ਪੰਜਾਬ ਨੂੰ ਤੁਸੀਂ ਨਾ ਭੁੱਲੋ।